ਤੇ ਜੇ ਫਰੰਟ 19 ਇੰਚ ਦਾ ਟਾਇਰ ਮਿਲਦਾ ਤੁਹਾਨੂੰ ਰੇਅਰ 18 ਇੰਚ ਦਾ ਟਾਇਰ ਮਿਲ ਜਾਏਗਾ। ਜੇ ਤੁਸੀਂ ਸੀਟ ਵਗੈਰਾ ਜਾਂ ਇਹਦੀ ਜੋ ਬੈਜਿੰਗ ਵਗੈਰਾ ਦੇਖ ਸਕਦੇ ਹੋ ਸਾਰੀ ਨਿਊ ਮਿਲ ਜਾਂਦੀ ਤੁਹਾਨੂੰ, ਜਿਹਦੇ ਨਾਲ ਕਿ ਅਸੀਂ ਜੇ ਬਾਈ ਚਾਂਸ ਅਸੀਂ ਰਾਈਡ 'ਤੇ ਹਾਂ ਅਤੇ ਰਾਈਡਰ ਨੂੰ ਕੋਈ ਵੀ ਕਿਸੇ ਟਾਈਮ ਵੀ ਐਮਰਜੈਂਸੀ 'ਚ ਪਾਵਰ ਬੈਂਕ ਦੀ ਜਾਂ ਕਿਸੇ ਚੀਜ਼ ਦੀ ਲੋੜ ਪੈਂਦੀ ਹੈ, ਸਾਰੇ ਫੀਚਰਸ ਇਨਬਿਲਟ ਨੇ ਬਾਈਕ ਦੇ ਵਿੱਚ। ਇਸ ਤਰ੍ਹਾਂ ਹੈਗਾ ਜਿਹੜੇ ਲੋਕ ਬੁਲਟ ਲੈਣਾ ਚਾਹੁੰਦੇ ਆ, ਮੈਂ ਉਹਨਾਂ ਸਭ ਲੋਕਾਂ ਨੂੰ ਇੱਕ ਮੇਰੇ ਵੱਲੋਂ ਇੱਕ ਤਰ੍ਹਾਂ ਨਾਲ ਸੱਦਾ ਆਇਆ ਕਿ ਮੇਰੇ ਸ਼ੋਰੂਮ ਆਉਣ, ਉਹ 10,000 ਤੋਂ ਲੈ ਕੇ ਸਟਾਰਟ ਹੋ ਜਾਂਦੀ ਮੇਰੀ ਡਾਊਨ ਪੇਮੈਂਟ 10,000। ਠੀਕ ਹੈ, ਮੈਂ 10,000 ਰੁਪਏ ਦੇ ਵਿੱਚ ਘੱਟੋ ਘੱਟ ਡਾਊਨ ਪੇਮੈਂਟ ਦੇ ਵਿੱਚ ਬਾਈਕ ਦੇ ਸਕਦਾ। ਤੁਸੀਂ ਓਡੋਮੀਟਰ, ਤੁਸੀਂ ਮੀਟਰ ਦੀ ਗੱਲ ਕਰਦੇ ਹੋ, ਇਹਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਜੋ ਸਪੀਡੋਮੀਟਰ ਹੈ ਤੁਹਾਨੂੰ ਉਹੀ ਪੁਰਾਣਾ ਐਨਾਲੋਗ ਮਿਲ ਜਾਂਦਾ, ਡਿਜੀਟਲ ਮੀਟਰ ਦੇ ਵਿੱਚ ਤੁਹਾਨੂੰ ਫਿਊਲ ਗੇਜ ਮਿਲ ਜਾਂਦੀ ਹੈ, ਟ੍ਰਿਪ ਐਫ ਆ ਜਾਂਦਾ ਕਿ ਰਿਜ਼ਰਵ ਦੇ ਵਿੱਚ ਕਿੰਨਾ ਕਿਲੋਮੀਟਰ ਸਾਡਾ ਬਾਈਕ ਚੱਲ ਗਿਆ ਹੋਇਆ ਉਹ ਤੁਹਾਨੂੰ ਦੱਸ ਦਿੰਦੇ। ਐਸਟੀਮੇਟ ਲਾ ਕੇ ਚੱਲੀਏ ਰਿਜ਼ਰਵ ਦੇ ਵਿੱਚ ਕਿੰਨਾ ਤੇਲ ਰਹਿੰਦਾ ਵਾ? ਰਿਜ਼ਰਵ ਦੇ ਵਿੱਚ ਲਗਭਗ 4.5 ਲੀਟਰ ਦੇ ਅਰਾਊਂਡ ਪੈਟਰੋਲ ਆ ਜਾਂਦਾ। ਠੀਕ, ਸਤਿ ਸ਼੍ਰੀ ਅਕਾਲ, ਸਾਡਾ ਪੰਜਾਬ ਕੈਨੇਡਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਨਰਿੰਦਰ ਸਿੰਘ ਕਲੇਅਰ। ਜਨਾਬ ਤੁਸੀਂ ਬਾਹਰ ਵਾਲ ਨਹੀਂ ਬੈਠੇ, ਜੇਕਰ ਵਿਦੇਸ਼ਾਂ ਦੇ ਵਿੱਚ ਬੈਠੇ ਹੋ ਤਾਂ ਤੁਹਾਡੀ ਦਿਲ ਦੀ ਧੜਕਣ ਪੰਜਾਬ, ਪੰਜਾਬ ਦੇ ਵਿੱਚ ਇੱਕ ਅਜਿਹੀ ਚੀਜ਼ ਹੈ ਜਿਹੜੀ ਕਿ ਅਕਸਰ ਪੰਜਾਬ ਦੀ ਨੌਜਵਾਨੀ ਨੂੰ ਦਿਲ ਟਕ ਟਕ ਕਰਾਉਂਦੀ ਰਹਿੰਦੀ ਸੀ। ਗੱਲ ਕਰਦੇ ਹਾਂ ਬੁਲਟਾਂ ਦੀ, ਜੇਕਰ ਦੇਸੀ ਸਟਾਈਲ ਦੇ ਵਿੱਚ ਕਹਿ ਦਿੱਤਾ ਜਾਵੇ ਤਾਂ ਬੁਲਟ ਵਾ ਤੇ ਨਾਲ ਦੀ ਨਾਲ ਬੁਲਟ ਵੀ ਲੋਕ ਕਹਿ ਦਿੰਦੇ ਨੇ। ਅੱਜ ਦੇ ਜ਼ਮਾਨੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ 2024 ਦੇ ਵਿੱਚ ਬੁਲਟਸ ਨੂੰ ਲੈ ਕੇ ਨਵੀਂ ਸੀਰੀਜ਼ ਕਿਹੜੀ ਕਿਹੜੀ ਆਈ ਹੈ ਤੇ ਕੀ ਮੋਡੀਫਿਕੇਸ਼ਨ ਨਵੇਂ ਹੋਏ ਨੇ, ਪੂਰੀ ਸੀਰੀਜ਼ ਨੂੰ ਲੈ ਕੇ ਅਸੀਂ ਇੱਕ ਇੱਕ ਕਰਕੇ ਵੀਡੀਓਸ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਪਰ ਸਭ ਦੇ ਵਿੱਚ ਸਭ ਤੋਂ ਖਾਸ ਜਿਹੜਾ ਕਹਿੰਦੇ ਨੇ ਕਾਲਾ ਘੋੜਾ, ਕਾਲਾ ਘੋੜਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਦੀ ਨਾਲ ਕੀ ਕੀ ਇਸ ਦੇ ਵਿੱਚ ਚੇਂਜਸ ਆਈਆਂ ਨੇ, ਕੀ ਚੀਜ਼ਾਂ ਚੰਗੀਆਂ ਹੋਈਆਂ ਨੇ, ਜਾਣਦੇ ਹਾਂ ਉਹ ਨਜ਼ਰ ਮਾਰਦੇ ਹਾਂ। ਮੇਰਾ ਨਾਮ ਧਰੁਵ ਚੌਧਰੀ ਹੈ ਜੀ, ਮੈਂ ਬਰਨਾਲਾ ਆਟੋਮੋਬਾਈਲਸ ਦੇ ਵਿੱਚ ਜੋਬ ਕਰਦਾ। ਹਾਂਜੀ, ਤੇ ਅੱਜ ਅਸੀਂ ਗੱਲ ਕਰਾਂਗੇ ਜੀ ਬੁਲਟ 350 ਦੇ ਬਾਰੇ, ਜੋ ਆਪਣਾ ਅਥੈਂਟਿਕ ਬੁਲਟ ਸ਼ੁਰੂ ਤੋਂ ਆਉਂਦਾ, ਜਿਹਨੂੰ ਲੋਕ ਬੁਲਟ ਨਾਮ ਤੋਂ ਜਾਣਦੇ ਆ ਜੀ, ਉਹਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ। ਇਹ ਨਿਊ ਸੀਰੀਜ਼ ਦਾ ਨਿਊ ਆਲ ਨਿਊ ਬੁਲਟ ਆ ਜਾਂਦਾ ਜੋ ਜੇਈ ਸੀਰੀਜ਼ ਦੇ ਇੰਜਨ ਦੇ ਵਿੱਚ ਆਉਂਦਾ। ਹੁਣ ਪਹਿਲਾਂ ਕੀ ਸੀਗਾ, ਪਹਿਲਾਂ ਜੇ ਜੋ ਬੁਲਟ ਸੀ ਤੇ ਹੁਣ ਜੋ ਬੁਲਟ ਆ ਉਹਦੇ 'ਚ ਬਹੁਤ ਫਰਕ ਆ ਜਾਂਦਾ। ਹੁਣ ਜੋ ਬੁਲਟ ਆਣਗੇ ਬਹੁਤ ਹੀ ਰਿਫਾਈਨ ਇੰਜਨ ਦੇ ਨਾਲ ਆਉਂਦੇ ਆ, ਬਹੁਤ ਹੀ ਵਧੀਆ ਟੈਕਨੋਲੋਜੀ ਦੇ ਨਾਲ, ਜਿਹਦੇ ਵਿੱਚ ਕਿ ਤੁਹਾਨੂੰ ਸੈਮੀ ਡਿਜੀਟਲ ਮੀਟਰ ਮਿਲ ਜਾਂਦਾ, ਉਹਦੇ ਵਿੱਚ ਤੁਹਾਨੂੰ ਫਿਊਲ ਗੇਜ ਦੀ ਆਪਸ਼ਨ, ਟ੍ਰਿਪ ਮੀਟਰ ਦੀ ਆਪਸ਼ਨ, ਸਾਰੀ ਇਨਫੋਰਮੇਸ਼ਨ ਤੁਹਾਨੂੰ ਮੀਟਰ ਦੇ ਵਿੱਚ ਹੀ ਮਿਲ ਜਾਂਦੀ। ਉਸ ਤੋਂ ਬਾਅਦ ਬੁਲਟ ਜੋ ਹੈ ਜੀ ਟੋਟਲੀ ਸੈਲਫ ਸਟਾਰਟ ਹੋ ਗਿਆ ਹੋਇਆ ਜੀ। ਹੁਣ ਉਦੋਂ ਤੁਸੀਂ ਐਗਜ਼ੌਸਟ ਨੋਟ ਸੁਣ ਸਕਦੇ ਹੋ ਕਿਸ ਹਿਸਾਬ ਨਾਲ ਆ ਜਾਏਗਾ। ਇਸ ਤੋਂ ਬਾਅਦ ਇਹਦੇ ਫੀਚਰਸ ਦੀ ਗੱਲ ਕਰਦੇ ਹਾਂ, ਫੀਚਰਸ ਦੇ ਵਿੱਚ ਚਾਰੋ ਇੰਡੀਕੇਟਰਸ ਨੂੰ ਚਲਾਉਣ ਦਾ ਆਪਸ਼ਨ, ਜਿਹਨੂੰ ਅਸੀਂ ਹਜ਼ਾਰਡ ਦਾ ਆਪਸ਼ਨ ਕਹਿੰਦੇ ਹਾਂ, ਉਹ ਇਹਦੇ ਵਿੱਚ ਮਿਲ ਜਾਂਦਾ। ਇਸ ਤੋਂ ਬਾਅਦ ਜੇ ਅਸੀਂ ਇਹਦੇ ਟਾਇਰਸ ਵਗੈਰਾ ਦੀ ਗੱਲ ਕਰਦੇ ਹਾਂ, ਟਾਇਰਸ ਅੱਗੇ ਨਾਲੋਂ ਕਾਫੀ ਚੌੜੇ ਤੇ ਕਾਫੀ ਅੱਛੇ ਹੋ ਗਏ ਨੇ, ਜਿਹਦੇ 'ਚ ਫਰੰਟ 19 ਇੰਚ ਦਾ ਟਾਇਰ ਮਿਲਦਾ ਤੁਹਾਨੂੰ, ਰੇਅਰ 18 ਇੰਚ ਦਾ ਟਾਇਰ ਮਿਲ ਜਾਏਗਾ। ਜੇ ਤੁਸੀਂ ਸੀਟ ਵਗੈਰਾ ਜਾਂ ਇਹਦੀ ਜੋ ਬੈਜਿੰਗ ਵਗੈਰਾ ਦੇਖ ਸਕਦੇ ਹੋ ਸਾਰੀ ਨਿਊ ਮਿਲ ਜਾਂਦੀ ਤੁਹਾਨੂੰ, ਪਹਿਲੇ ਵਾਲੇ ਦੇ ਬੁਲਟ ਦੇ ਵਿੱਚ ਤੇ ਹੁਣ ਵਾਲੇ ਦੇ ਬੁਲਟ ਦੇ ਵਿੱਚ ਤੁਹਾਨੂੰ ਬਹੁਤ ਫਰਕ ਦੇਖਣ ਨੂੰ ਮਿਲੇਗਾ। ਕਈ ਲੋਕਾਂ ਦੀ ਕਰ ਲਓ ਆਨ ਕਰ, ਹੁਣ ਦਾ ਜੋ ਬੁਲਟ ਮਿਲੇਗਾ ਤੁਹਾਨੂੰ ਜੋ ਆਲ ਨਿਊ ਬੁਲਟ ਹੈਗਾ, ਇਹ ਤੁਹਾਨੂੰ ਡਿਊਲ ABS ਚੈਨਲ ਦੇ ਵਿੱਚ ਵੀ ਮਿਲ ਜਾਂਦਾ, ਇਹਦੇ ਵਿੱਚ ਤੁਹਾਨੂੰ ਆਪਸ਼ਨ ਸਿੰਗਲ ABS ਚੈਨਲ ਦਾ ਵੀ ਮਿਲ ਜਾਂਦਾ, ਜਿਹਦਾ ਮਤਲਬ ਕਿ ਸਿੰਗਲ ਡਿਸਕ ਬ੍ਰੇਕ ਹੋ ਜਾਂਦਾ ਜੀ। ਇਹਦੇ ਵਿੱਚ ਤੁਹਾਨੂੰ ਕਈ ਕਲਰਸ ਆਪਸ਼ਨ ਵੀ ਮਿਲਦੇ ਨੇ, ਜਿਵੇਂ ਇਹਦੇ ਵਿੱਚ ਤੁਹਾਨੂੰ ਬਲੈਕ ਕਲਰ ਮਿਲ ਜਾਏਗਾ, ਰੈੱਡ ਕਲਰ ਮਿਲ ਜਾਏਗਾ, ਮੈਟ ਬਲੈਕ ਕਲਰ ਮਿਲ ਜਾਂਦਾ ਜਿਹਨੂੰ ਕਿ ਅਸੀਂ ਬਲੈਕ ਗੋਲਡ ਦੇ ਨਾਮ ਤੋਂ ਜਾਣਦੇ ਹਾਂ। ਇਹਦੇ ਵਿੱਚ ਕਾਫੀ ਸਾਰੇ ਮਾਡਲ ਹੁਣ ਅਵੇਲੇਬਲ ਨੇ। ਇਹ ਐਵਰੇਜ ਬਾਰੇ ਦੱਸੋ ਕੁਛ, ਕੀ ਐਵਰੇਜ ਆ? ਕੀ ਐਵਰੇਜ ਜੋ ਇਹਦੀ ਆ ਜਾਏਗੀ ਲਗਭਗ 35 ਤੋਂ 40 ਦੇ ਅਰਾਊਂਡ ਆਉਂਦੀ ਹੈ ਜੋ ਕੰਪਨੀ ਕਲੇਮ ਕਰਦੀ ਹੈ। ਬਾਕੀ ਜੋ ਇਹਦੀ ਟੈਂਕ ਕਪੈਸਿਟੀ ਦੀ ਗੱਲ ਕਰੀਏ, ਟੈਂਕ ਕਪੈਸਿਟੀ ਇਹਦੀ 13 ਲੀਟਰ ਦੀ ਆ ਜਾਂਦੀ ਹੈ ਜੀ।
ਇਹਦੀ ਹੈਡਲੈਂਪ ਦੀ ਗੱਲ ਕਰੀਏ ਤਾਂ ਉਹੀ ਪੁਰਾਣੀ ਲੁੱਕ ਦੇ ਵਿੱਚ, ਰੈਟਰੋ ਲੁੱਕ ਦੇ ਵਿੱਚ ਤੁਹਾਨੂੰ ਹੈਲੋਜਨ ਬਲਬ ਮਿਲਦਾ ਜੀ। ਇਸ ਤੋਂ ਬਾਅਦ ਫੀਚਰਸ ਦੀ ਗੱਲ ਕਰੀਏ, ਫੀਚਰਸ ਦੇ ਵਿੱਚ ਸਾਨੂੰ ਇੱਥੇ ਟ੍ਰਿਪ ਮੀਟਰ ਨੂੰ ਕਰਿਆ ਤੇ USB ਪੋਰਟ ਮਿਲ ਜਾਂਦਾ ਫੋਨ ਚਾਰਜਿੰਗ ਦੇ ਲਈ, ਜਿਹਦੇ ਨਾਲ ਕਿ ਅਸੀਂ ਜੇ ਬਾਈ ਚਾਂਸ ਅਸੀਂ ਰਾਈਡ ਤੇ ਹਾਂ ਤੇ ਰਾਈਡਰ ਨੂੰ ਕੋਈ ਵੀ ਕਿਸੇ ਟਾਈਮ ਵੀ ਐਮਰਜੈਂਸੀ ਚ ਪਾਵਰ ਬੈਂਕ ਦੀ ਜਾਂ ਕਿਸੇ ਚੀਜ਼ ਦੀ ਲੋੜ ਪੈਂਦੀ ਹੈ, ਸਾਰੇ ਫੀਚਰਸ ਇਨਬਿਲਟ ਨੇ ਬਾਈਕ ਦੇ ਵਿੱਚ। ਈਵਨ ਕਿ ਸੇਫਟੀ ਦੇ ਪੱਖੋਂ ਦੇਖਿਆ ਜਾਵੇ ਤਾਂ ਇਹਦੇ ਵਿੱਚ ਹੁਣ ਜੋ ਲੋਕ ਆਉਂਦੇ ਉਹ ਇੰਟੀਗ੍ਰੇਟਡ ਕਰਤਾ ਹੋਇਆ, ਹੈਂਡਲ ਲੋਕ ਤੇ ਇੰਜਨ ਲੋਕ ਸੇਮ ਹੋ ਗਏ ਹੋਏ ਨੇ, ਉਹ ਸਭ ਉੱਪਰ ਹੀ ਤੁਸੀਂ ਦੇਖ ਸਕਦੇ ਹੋ, ਸਭ ਉੱਪਰ ਹੀ ਮਿਲ ਜਾਏਗਾ ਤੁਹਾਨੂੰ। ਸਰ ਜੇਕਰ ਗੱਲ ਕੀਤੀ ਜਾਵੇ ਇਸ ਆਟੋਮੀਟਰ ਦੇ ਵਿੱਚ ਕੀ ਕੀ ਫੰਕਸ਼ਨ ਹੈਗੇ ਆ? ਤੁਸੀਂ ਆਟੋਮੀਟਰ, ਤੁਸੀਂ ਮੀਟਰ ਦੀ ਗੱਲ ਕਰਦੇ ਹੋ, ਇਹਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਜੋ ਸਪੀਡੋ ਮੀਟਰ ਹੈ ਤੁਹਾਨੂੰ ਉਹੀ ਪੁਰਾਣਾ ਐਨਾਲੋਗ ਮਿਲ ਜਾਂਦਾ ਹੈ। ਡਿਜੀਟਲ ਮੀਟਰ ਦੇ ਵਿੱਚ ਤੁਹਾਨੂੰ ਫਿਊਲ ਗੇਜ ਮਿਲ ਜਾਂਦੀ ਹੈ, ਟ੍ਰਿਪ ਮੀਟਰ ਨੂੰ ਪੂਰਾ ਕੰਟਰੋਲ ਕਰਨ ਦਾ ਆਪਸ਼ਨ ਇਸ ਬਟਨ ਤੋਂ ਮਿਲ ਜਾਂਦਾ ਹੈ। ਇਹਦੇ ਵਿੱਚ ਤੁਹਾਨੂੰ ਈਕੋ ਟਾਈਮ ਡਿਸਪਲੇ ਮਿਲ ਜਾਂਦਾ ਹੈ, ਆਟੋਮੀਟਰ ਮਿਲ ਜਾਏਗਾ ਮਤਲਬ ਟੋਟਲ ਕਿਲੋਮੀਟਰ ਕਿੰਨਾ ਬਾਈਕ ਚੱਲ ਚੁੱਕਾ ਹੋਇਆ, ਟ੍ਰਿਪ ਏ ਜੇ ਤੁਸੀਂ ਕੋਈ ਪਰਟੀਕੂਲਰ ਟ੍ਰਿਪ ਦੇਖਣੀ ਹੈ, ਟ੍ਰਿਪ 2 ਪਰਟੀਕੂਲਰ ਕੋਈ ਦੂਸਰੀ ਟ੍ਰਿਪ ਦੇਖਣੀ ਹੈ, ਟ੍ਰਿਪ ਐਫ ਆ ਜਾਂਦਾ ਕਿ ਰਿਜ਼ਰਵ ਦੇ ਵਿੱਚ ਕਿੰਨਾ ਕਿਲੋਮੀਟਰ ਸਾਡਾ ਬਾਈਕ ਚੱਲ ਗਿਆ ਹੋਇਆ ਉਹ ਤੁਹਾਨੂੰ ਦੱਸ ਦਿੰਦੇ ਜੀ। ਤੇ ਐਸਟੀਮੇਟ ਲਾ ਕੇ ਚੱਲੀਏ ਰਿਜ਼ਰਵ ਦੇ ਵਿੱਚ ਕਿੰਨਾ ਤੇਲ ਰਹਿੰਦਾ ਵਾ? ਰਿਜ਼ਰਵ ਦੇ ਵਿੱਚ ਲਗਭਗ 4.5 ਲੀਟਰ ਦੇ ਅਰਾਊਂਡ ਪੈਟਰੋਲ ਆ ਜਾਂਦਾ। ਠੀਕ ਹੈ ਠੀਕ ਹੈ। ਇਸ ਸਭ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ, ਜਿਵੇਂ ਕਿ ਸੁਣਨ ਨੂੰ ਮਿਲਿਆ ਕਿ ਇਸ ਵਿੱਚ ਮੋਬਾਈਲ ਚਾਰਜਿੰਗ ਦਾ ਵੀ ਆਪਸ਼ਨ ਆਇਆ ਹੋਇਆ, ਹਾਂਜੀ ਹਾਂਜੀ, ਉਹ ਕਿਸ ਤੇ ਆ, ਕਿਵੇਂ ਚੱਲਦਾ ਕੰਮ ਵਰਕ ਕਰਦਾ? ਇਹਦੇ ਵਿੱਚ ਰਾਈਡਰ ਦੀ ਫੈਸਿਲਿਟੀ ਵਾਸਤੇ ਇੱਕ ਮੋਬਾਈਲ ਦਾ USB ਪੋਰਟ ਆਪਸ਼ਨ ਦਿੱਤਾ ਹੋਇਆ, ਜੋ ਕਿ ਤੁਹਾਨੂੰ ਕਲਚ ਸਾਈਡ ਤੇ ਕਲਚ ਦੇ ਨੀਚੇ ਵਾਲੀ ਸਾਈਡ ਮਿਲੇਗਾ। ਠੀਕ ਹੈ। ਜਿਹਦਾ ਕਿ ਕੈਪ ਵੀ ਦਿੱਤਾ ਹੋਇਆ, ਉਹ ਲਗਭਗ ਵਾਟਰਪਰੂਫ ਹੀ ਹੁੰਦਾ। ਠੀਕ ਹੈ। ਤੇ ਜੇ ਇਹ ਐਮਰਜੈਂਸੀ ਦੇ ਵਿੱਚ ਚਾਰਜ ਯੂਜ਼ ਕਰ ਸਕਦੇ ਹੋ ਤੁਸੀਂ, ਇਹ ਅਸੀਂ ਕਲੇਮ ਨਹੀਂ ਕਰਦੇ, ਕੰਪਨੀ ਕਲੇਮ ਨਹੀਂ ਕਰਦੀ ਕਿ ਇਹ ਫਾਸਟ ਚਾਰਜਰ ਹੈ, ਇਹ ਤੁਹਾਡੀ ਸਿਰਫ ਸਪੋਰਟਿੰਗ ਵਾਸਤੇ, ਸਪੋਰਟ ਕਰਨ ਵਾਸਤੇ ਹੈ। ਇਹ ਤੁਸੀਂ ਵਾਇਆ ਕੇਬਲ USB ਕੇਬਲ ਲਗਾ ਕੇ ਬਾਈਕ ਸਟਾਰਟ ਕਰਕੇ ਤੁਸੀਂ ਫੋਨ ਚਾਰਜ ਕਰ ਸਕਦੇ ਹੋ, ਹੋ ਜਾਂਦਾ। ਜੇਕਰ ਗੱਲ ਕੀਤੀ ਜਾਵੇ, ਕੁਝ ਲੋਕ ਇਹ ਕਹਿੰਦੇ ਆ ਕਿ ਜਿਹੜਾ ਨਵਾਂ ਬੁਲਟ ਆਇਆ ਵਾ ਉਹ ਪੁਰਾਣੇ ਬੁਲਟ ਨਾਲੋਂ ਸਲੋ ਚੱਲਦਾ ਵਾ, ਜਾਂ ਫਿਰ ਇਹਦੇ ਵਿੱਚ ਕੀ ਡਿਫਰੈਂਸ ਹੋਰ ਕਰੈਕਟ ਕੀਤੇ ਆ, ਵੀ ਫਾਸਟ ਹੋ ਗਿਆ ਜਾਂ ਪਾਵਰ ਹੋ ਗਈ ਜ਼ਿਆਦਾ? ਪਾਵਰ ਦੀ ਗੱਲ ਕਰੀਏ ਤਾਂ ਪਾਵਰ ਅੱਗੇ ਨਾਲੋਂ ਕਾਫੀ ਵਧੀਆ ਕੀਤੀ ਹੋਈ ਹੈ ਇਹਦੇ ਵਿੱਚ, ਮਤਲਬ ਪਾਵਰ ਦੇ ਮਾਮਲੇ ਅਸੀਂ ਦੇਖੀਏ ਤਾਂ ਸਪੀਡ ਦੇ ਵਾਈਜ਼ ਦੇਖੀਏ, ਸਪੀਡ ਲਗਭਗ ਦੋਨਾਂ ਦੀ ਸੇਮ ਹੀ ਜਾਂਦੀ ਹੈ, ਉਹਦੀ ਵੀ 120 ਟੌਪ ਸਪੀਡ ਤੇ ਇਹਦੀ ਵੀ 120 ਟੌਪ ਸਪੀਡ ਜਾਂਦੀ ਹੈ। ਬਟ ਹੁਣ ਵਾਲੇ ਜੋ ਬੁਲਟ ਆਉਂਦੇ ਉਹ ਕਾਫੀ ਰਿਫਾਈਨ ਇੰਜਨ ਦੇ ਨਾਲ ਆਉਂਦੇ, ਮਤਲਬ ਇਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕੋਈ ਵਾਈਬ੍ਰੇਸ਼ਨ ਦਾ ਇਸ਼ੂ ਨਹੀਂ ਮਿਲਦਾ ਤੁਹਾਨੂੰ, ਕੋਈ ਵੀ ਸਟਾਰਟਿੰਗ ਪ੍ਰੋਬਲਮ ਨਹੀਂ ਮਿਲਦੀ, ਇਹਦਾ ਦੇ ਕੋਈ ਪ੍ਰੋਬਲਮ ਨਹੀਂ ਹੈਗੀ। ਨਿਊ ਇੰਜਨ ਜੋ ਜੇ ਸੀਰੀਜ਼ ਨਾਲ ਆਉਂਦਾ ਹੈ, ਬਹੁਤ ਹੀ ਸਕਸੈਸਫੁਲ ਮੰਨਿਆ ਗਿਆ ਰਾਇਲ ਇਨਫੀਲਡ ਦਾ ਅੱਜ ਤੱਕ। ਜੇਕਰ ਗੱਲ ਕੀਤੀ ਜਾਵੇ ਮਾਈਲੇਜ ਦੀ, ਕਿਉਂਕਿ ਕੁਝ ਸਟੂਡੈਂਟਸ ਹੁੰਦੇ ਨੇ, ਕਾਲਜੇਟ ਹੁੰਦੇ ਨੇ, ਉਹਨਾਂ ਨੂੰ ਬਹੁਤ ਇਸ਼ੂਸ ਹੁੰਦੇ ਮਾਈਲੇਜ ਨੂੰ ਲੈ ਕੇ, ਕੀ ਪਲੱਸ ਕੀਤੀ ਹੈ? ਮਾਈਲੇਜ ਜੋ ਇਹਦੀ ਕੰਪਨੀ ਕਲੇਮ ਕਰਦੀ ਹੈ ਲਗਭਗ 35-40 ਕਿਲੋਮੀਟਰ ਦੀ ਮਾਈਲੇਜ ਕੰਪਨੀ ਕਲੇਮ ਕਰਦੀ ਹੈ। ਓਕੇ। ਜੇਕਰ ਔਨ ਰੋਡ ਪ੍ਰਾਈਸ ਦੀ ਗੱਲ ਕੀਤੀ ਜਾਵੇ, ਔਨ ਰੋਡ ਪ੍ਰਾਈਸਿੰਗ ਦੀ ਗੱਲ ਕੀਤੀ ਜਾਵੇ, ਇਹਦੇ ਵਿੱਚ ਤਿੰਨ ਵੇਰੀਐਂਟਸ ਆਉਂਦੇ ਨੇ, ਇੱਕ ਮਿਲਟਰੀ ਵੇਰੀਐਂਟ ਆਉਂਦਾ ਸਿੰਗਲ EBS ਚੈਨਲ ਦੇ ਵਿੱਚ ਤੁਹਾਨੂੰ ਮਿਲੇਗਾ, ਉਹਦਾ ਲਗਭਗ ਔਨ ਰੋਡ ਪ੍ਰਾਈਸ 2,00,000-2,30,000 ਦੇ ਅਰਾਊਂਡ ਆਉਂਦਾ। ਇਸ ਤੋਂ ਬਾਅਦ ਜੋ ਇਹ ਬੁਲਟ ਵੇਰੀਐਂਟ ਹੈਗਾ ਡੁਅਲ EBS ਚੈਨਲ ਦੇ ਵਿੱਚ, ਇਹਦੇ ਵਿੱਚ ਤੁਹਾਨੂੰ ਦੋ ਕਲਰਸ ਮਿਲ ਜਾਂਦੇ ਆ, ਇੱਕ ਤੁਹਾਨੂੰ ਬਲੈਕ ਕਲਰ ਮਿਲ ਜਾਏਗਾ ਤੇ ਇੱਕ ਬੁਲਟ ਮਰੂਨ ਕਲਰ ਆਉਂਦਾ, ਉਹ ਲਗਭਗ ਤੁਹਾਨੂੰ ਪੈ ਜਾਏਗਾ 2,28,000 ਦੇ ਅਰਾਊਂਡ। ਇੱਕ ਇਹਦੇ ਵਿੱਚ ਬਲੈਕ ਗੋਲਡ ਕਲਰ ਆਉਂਦਾ, ਬਲੈਕ ਮੈਟ ਦੇ ਵਿੱਚ ਆਏਗਾ ਬਾਈਕ, ਉਹਦਾ ਪ੍ਰਾਈਸ ਤੁਹਾਨੂੰ ਲਗਭਗ 249 ਦੇ ਅਰਾਊਂਡ ਔਨ ਰੋਡ ਮਿਲਣ ਦੇਖਣ ਨੂੰ ਮਿਲ ਜਾਂਦਾ। ਸੋ ਜਿਸ ਤਰ੍ਹਾਂ ਅਸੀਂ ਦਰਸ਼ਕਾਂ ਨੂੰ ਰਾਇਲ ਇਨਫੀਲਡ ਸਟੈਂਡਰਡ ਬੁਲਟ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਸਭ ਦੇ ਵਿੱਚ ਹੁਣ ਅਸੀਂ ਮੈਨੇਜਰ ਸਾਹਿਬ ਬਲਵਿੰਦਰ ਸਿੰਘ ਦੇ ਨਾਲ ਗੱਲਬਾਤ ਕਰਾਂਗੇ। ਇਸ ਸਭ ਦੇ ਵਿੱਚ ਜਿਹੜੇ ਲੋਕ ਕਈ ਵਾਰ ਇਹ ਸੋਚ ਲੈਂਦੇ ਨੇ ਕਿ ਬੁਲਟ ਲੈਣਾ ਪਰ ਮੇਰੇ ਕੋਲ ਓਨੇ ਪੈਸੇ ਨਹੀਂ ਆ, ਜਾਂ ਮੈਂ ਇਨਵੈਸਟਮੈਂਟ ਦੇ ਵਿੱਚ ਕਿਵੇਂ ਇਸ ਸਭ ਨੂੰ ਆਪਣੇ ਪੈਸਿਆਂ ਨੂੰ ਯੂਜ਼ ਕਰਨਾ, ਇਕੱਲੀ ਇਕੱਲੀ ਗੱਲਬਾਤ ਬਾਰੇ ਕੋਸ਼ਿਸ਼ ਕਰਾਂਗੇ। ਪਹਿਲਾਂ ਤਾਂ ਸਵਾਗਤ ਕਰ ਲੈਣ, ਸਤਿ ਸ਼੍ਰੀ ਅਕਾਲ ਜੀ।
ਸਰ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਕਿ ਬੁਲਟ ਦੇ ਬਾਰੇ ਪੁੱਛਣ ਦੀ ਕਿ ਕੀ ਨਵੇਂ ਫੀਚਰਸ ਆਏ ਨੇ ਜੀ, ਨਵੇਂ ਫੀਚਰਸ ਦੇ ਨਾਲ ਨਾਲ ਕਈ ਵਾਰ ਜ਼ਿਹਨ ਦੇ ਵਿੱਚ ਨਾ ਦਰਸ਼ਕਾਂ ਦੇ ਇਹ ਸਵਾਲ ਬੜਾ ਉੱਠਦਾ ਆ ਕਿ ਪੁਰਾਣਾ ਬੁਲਟ ਜ਼ਿਆਦਾ ਬੈਟਰ ਸੀਗਾ, ਜੇਕਰ ਇੱਕ ਲਾਈਨ ਦੇ ਵਿੱਚ ਕਹਿਣਾ ਹੋਵੇ ਤਾਂ ਇਹ ਨਵਾਂ ਕਿਉਂ ਅਤੇ ਕਿਵੇਂ ਬੈਟਰ ਆ? ਦੇਖੋ ਇਸ ਤਰ੍ਹਾਂ ਹੈਗਾ ਆ, ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ, ਦੇਖੋ ਇਹ ਜਿਹੜੀ ਸਾਡੀ ਬਾਈਕ ਹੈ ਲਗਭਗ 1932 ਤੋਂ ਚੱਲਦੀ ਆ ਰਹੀ ਹੈ, ਔਰ ਇਹਦੇ ਵਿੱਚ ਟਾਈਮ ਟੂ ਟਾਈਮ ਕੰਪਨੀ ਨੇ ਬਹੁਤ ਅੱਛੀਆਂ ਚੇਂਜਸ ਕੀਤੀਆਂ, ਔਰ ਉਹ ਚੇਂਜਸ ਟਾਈਮ ਦੇ ਹਿਸਾਬ ਨਾਲ ਜ਼ਰੂਰਤ ਹੁੰਦੀ ਹੈ ਅਤੇ ਉਹ ਕਰਦੀ ਹੈ। ਇਹ ਜਿਹੜੀ ਬਾਈਕ ਹੈ ਇਹ ਮੈਂ ਇਹ ਨਹੀਂ ਕਹੂੰਗਾ ਪੁਰਾਣੀ ਮਾੜੀ ਸੀ, ਪੁਰਾਣੀ ਬਹੁਤ ਅੱਛੀ ਸੀ, ਬਟ ਇਹ ਲੇਟੈਸਟ ਟੈਕਨੋਲੋਜੀ ਲੇਟੈਸਟ ਫੀਚਰ ਦੇ ਨਾਲ ਇਹ ਬਾਈਕ ਆਈ ਹੈ। ਇਹਦੀ ਫਿਟ ਐਂਡ ਫਿਨਿਸ਼ ਤੁਸੀਂ ਦੇਖੋ ਬਹੁਤ ਅੱਛੀ ਹੈ, ਫਾਈਨ ਫਿਨਿਸ਼ਿੰਗ ਦੇ ਵਿੱਚ ਹੈ, ਔਰ ਦੂਸਰੀ ਚੀਜ਼ ਜਿਹੜੀ ਸਭ ਤੋਂ ਵਧੀਆ ਇਹਦੇ ਵਿੱਚ ਇਹਦੀ ਜਿਹੜੀ ਵਾਈਬ੍ਰੇਸ਼ਨ ਨੂੰ ਕੰਪਨੀ ਨੇ ਲਗਭਗ ਜ਼ੀਰੋ ਕਰ ਦਿੱਤਾ। ਸੋ ਮੈਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਉਹ ਸਾਡੇ ਸ਼ੋਰੂਮ ਵਿਜ਼ਿਟ ਕਰਨ ਔਰ ਇਸਦੀ ਟੈਸਟ ਰਾਈਡ ਲੈਣ, ਬਿਨਾਂ ਟੈਸਟ ਰਾਈਡ ਲਏ ਉਹਨਾਂ ਤੋਂ ਪਤਾ ਨਹੀਂ ਲੱਗ ਸਕਦਾ ਕਿ ਬਾਈਕ ਦੇ ਕਿਹੋ ਜਿਹੇ ਇਸ ਟਾਈਮ ਫੀਚਰਸ ਆ ਚੁੱਕੇ ਆ। ਓਕੇ, ਜੇਕਰ ਗੱਲ ਕੀਤੀ ਜਾਵੇ ਕੁਛ ਲੋਕ ਇਹ ਕਹਿੰਦੇ ਆ ਕਿ ਜਿਸ ਤਰ੍ਹਾਂ ਪਹਿਲਾਂ ਮੋਟਰਸਾਈਕਲ ਦੇ ਵਿੱਚ ਜਿਹੜੇ ਪਿੱਛੇ ਦਾ ਮਡਗਾਰਡ ਹੁੰਦਾ ਸੀਗਾ ਉਹਦੀ ਗੱਲ ਕੀਤੀ ਜਾਵੇ ਜਾਂ ਕਿੱਕ ਦੀ ਗੱਲ ਕੀਤੀ ਜਾਵੇ, ਲੋਕਾਂ ਦੇ ਮਨ ਦੇ ਵਿੱਚ ਬੜੀ ਇੱਕ ਨਾ ਉਹ ਕਹਿੰਦੇ ਕਸ਼ਮਕਸ਼ ਪਵੇ ਕਿੱਕ ਤੋਂ ਬਿਨਾਂ ਕਿਵੇਂ ਚੱਲੂਗਾ, ਜੇ ਖੜ ਗਿਆ ਤਾਂ ਅਸੀਂ ਕਿੱਥੇ ਜਾਵਾਂਗੇ? ਬਿਲਕੁਲ, ਲੋਕਾਂ ਦਾ ਇਹ ਸਵਾਲ ਬਾਰ ਬਾਰ ਸਾਡੇ ਕੋਲ ਵੀ ਆ ਰਿਹਾ, ਬਟ ਦੇਖੋ ਅੱਜ ਦਾ ਜੋ ਟਾਈਮ ਹੈ ਲੇਟੈਸਟ ਟੈਕਨੋਲੋਜੀ ਦਾ ਟਾਈਮ ਹੈ, ਔਰ ਇਹਦੇ ਵਿੱਚ ਇਹ ਹੈ ਕਿ ਦੇਖਿਆ ਜਾਵੇ ਕਿਸੇ ਕਾਰ ਦੇ ਵਿੱਚ ਵੀ ਕਿੱਕ ਨਹੀਂ ਹੁੰਦੀ, ਉਹ ਵੀ ਚੱਲਦੀ ਹੈ। ਸੋ ਇਹ ਜਿਹੜੀ ਟੈਕਨੋਲੋਜੀ ਹੈ ਸੇਮ ਟੂ ਸੇਮ ਉਸ ਲੈਵਲ ਦੀ ਟੈਕਨੋਲੋਜੀ ਆ ਚੁੱਕੀ ਹੈ ਤੇ ਇਹਨੂੰ ਅੱਜ ਦੀ ਡੇਟ 'ਚ ਕਿੱਕ ਦੀ ਲੋੜ ਨਹੀਂ ਹੈਗੀ ਹੈ। ਇਹ ਨਵੇਂ ਯੁੱਗ ਦੀ ਬਾਈਕ ਹੈ ਔਰ ਜੋ ਨਵੀਂ ਟੈਕਨੋਲੋਜੀ ਉਹਦੇ ਨਾਲ ਹੀ ਲਾਂਚ ਕੀਤੀ ਗਈ ਹੈ। ਨਹੀਂ ਨਹੀਂ, ਫਿਰ ਵੀ ਇੱਕ ਸਵਾਲ ਇਹ ਆ ਜਾਂਦਾ ਕਿ ਯਾਰ ਮੈਂ ਕਈ ਵਾਰ ਬੰਦਾ ਕਹਿੰਦਾ ਯਾਰ ਮੈਂ ਤਾਂ 2 ਮਹੀਨੇ ਚਲਾਇਆ ਨਹੀਂ ਗਾ, ਕਿਸੇ ਕੰਮ ਨੂੰ ਬਾਹਰ ਚਲੇ ਗਏ, ਉਹ ਕਹਿੰਦਾ 2 ਮਹੀਨੇ ਆ ਕੇ ਫਿਰ ਕੀ ਕਰੂੰਗਾ ਮੈਂ? ਇਸ ਤਰ੍ਹਾਂ ਨਹੀਂ ਹੈਗਾ ਕਿ ਜੇ 2 ਮਹੀਨੇ ਨਹੀਂ ਚਲਾਇਆ ਤਾਂ ਇਹ ਬਿਲਕੁਲ ਚੱਲੇ ਗਏ ਨਹੀਂ। ਬੈਟਰੀ ਦੀ ਬਹੁਤ ਅੱਛੀ ਕੁਆਲਿਟੀ ਦੀ ਬੈਟਰੀ ਆ ਰਹੀਆਂ ਹੈਗੀਆਂ, ਇਹ ਨਹੀਂ ਹੁੰਦਾ ਕਿ ਤੁਸੀਂ 2 ਮਹੀਨੇ ਨਹੀਂ ਚਲਾਇਆ ਤਾਂ ਬੈਟਰੀ ਸੌਂ ਜਾਂਦੀ ਹੈ। ਠੀਕ ਹੈ, ਤੁਸੀਂ ਘਰ ਦੇ ਵਿੱਚੋਂ ਕੋਈ ਪਰਿਵਾਰ ਦਾ ਮੈਂਬਰ ਹੈਗਾ ਆ, ਤੁਸੀਂ 2-4 ਦਿਨ 5 ਦਿਨ ਬਾਅਦ ਸੈਲਫ ਮਾਰੋ, ਸਟਾਰਟ ਕਰੋ, 5 ਮਿੰਟ ਸਟਾਰਟ ਕਰ ਲਿਆ, ਉਸ ਤੋਂ ਬਾਅਦ ਓਕੇ ਆ ਗੱਡੀ, ਬਿਲਕੁਲ ਓਕੇ ਰਹੂਗੀ, ਕੋਈ ਦਿੱਕਤ ਨਹੀਂ ਆਊਗੀ। ਅੱਛਾ, ਇੱਕ ਨਾ ਬੜਾ ਲੋਕਾਂ ਦੇ ਵਿੱਚ ਇੱਕ ਪੁਰਾਣੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਜਦੋਂ ਆਪਾਂ ਗੱਡੀ ਜਾਂ ਕਾਰ ਨੂੰ ਜਾਂ ਮੋਟਰਸਾਈਕਲ ਨੂੰ ਸਵੇਰੇ ਚਲਾਉਣਾ ਹੁੰਦਾ ਆ, ਉਹ ਕਹਿੰਦੇ ਵੀ ਤੁਸੀਂ 5 ਮਿੰਟ ਦੀ ਗੱਲ ਕੀਤੀ ਆ, ਜੇ ਕਿਸੇ ਨੇ ਸਵੇਰੇ ਜੌਬ ਤੇ ਜਾਣਾ ਵਾ ਉਹ ਕਿੰਨਾ ਟਾਈਮ ਪਹਿਲਾਂ ਸਟਾਰਟ ਕਰਕੇ ਰੱਖ ਲੈ ਕਿ ਇੰਜਨ ਗਰਮ ਹੋ ਜਾਏ? ਇਸ ਤਰ੍ਹਾਂ ਦੀ ਮਿੱਥ ਬਹੁਤ ਬਣੀਆਂ ਹੋਈਆਂ। ਨਹੀਂ, ਇਹ ਦੇਖੋ ਇੱਕ ਟਾਈਮ ਹੁੰਦਾ ਸੀ ਜਦੋਂ ਇਹ ਕਿਹਾ ਜਾਂਦਾ ਸੀ ਕਿ ਤੁਸੀਂ ਸਵੇਰੇ ਸਵੇਰੇ ਇਹਨੂੰ ਕਿੱਕ ਮਾਰੋ, ਸੈਲਫ ਨਾ ਮਾਰੋ, ਟਾਈਮ ਪੁਰਾਣਾ ਟਾਈਮ ਸੀ। ਅੱਜ ਅਸੀਂ ਅੱਜ ਦਾ ਜਿਹੜਾ ਯੁੱਗ ਹੈਗਾ ਉਸਦੇ ਵਿੱਚ ਤਾਂ ਇਹ ਹੈ ਕਿ ਤੁਸੀਂ ਸਵੇਰੇ ਉੱਠੋ, ਜਦੋਂ ਤੁਸੀਂ ਜਾਣਾ ਐਟ ਏ ਟਾਈਮ ਤੁਸੀਂ ਇਹਦੀ ਸੈਲਫ ਮਾਰੋ, ਇਹ ਸਟਾਰਟ ਹੋ ਜਾਏਗਾ। ਅੱਜ ਟੈਕਨੋਲੋਜੀ ਬਹੁਤ ਹੀ ਫਾਈਨ ਹੋ ਚੁੱਕੀ ਹੈ। ਅੱਛਾ, ਇੱਕ ਨਾ ਇੱਕ ਸਵਾਲ ਤੇ ਆ ਜਾਂਦੇ ਆਪਾਂ, ਜਿਵੇਂ ਕਹਿ ਦਿੰਦੇ ਕਿ ਡਾਊਨ ਪੇਮੈਂਟਸ ਦੇ ਸਵਾਲ ਤੇ ਆ ਜਾਂਦੇ, ਇੱਕ ਹਲਕਾ ਫੁਲਕਾ ਸਵਾਲ ਇਹੀ ਹੈ ਕਿ ਕੁਝ ਕੋਲੇਜੀਏਟ ਹੁੰਦੇ ਨੇ ਜਿਹੜੇ ਬੁਲਟ ਲਵਰ ਹੁੰਦੇ ਨੇ ਪਰ ਉਹ ਕਈ ਵਾਰ ਡਰ ਜਾਂਦੇ ਨੇ ਵੀ ਮੈਂ ਇੰਨੇ 2-1.5 ਲੱਖ ਇੱਥੋਂ ਲਾਉਣਾ ਆ, ਤਾਂ ਉਹ ਕਿੰਨੇ ਕੁ ਪੈਸੇ ਲੈ ਕੇ ਆ ਰਹੇ ਨੇ ਕਿ ਉਹਨਾਂ ਨੂੰ ਬੁਲਟ ਮਿਲ ਜਾਵੇ ਤੇ ਉਹਨਾਂ ਨੂੰ ਕੀ ਚੀਜ਼ਾਂ ਨਾਲ ਚਾਹੀਦੀਆਂ ਹੁੰਦੀਆਂ? ਇਸ ਤਰ੍ਹਾਂ ਹੈਗਾ, ਜਿਹੜੇ ਲੋਕ ਬੁਲਟ ਲੈਣਾ ਚਾਹੁੰਦੇ ਆ, ਮੈਂ ਉਹਨਾਂ ਸਭ ਲੋਕਾਂ ਨੂੰ ਇੱਕ ਮੇਰੇ ਵੱਲੋਂ ਇੱਕ ਤਰ੍ਹਾਂ ਨਾਲ ਸੱਦਾ ਆ ਕਿ ਮੇਰੇ ਸ਼ੋਰੂਮ ਆਣ, ਉਹ 10,000 ਤੋਂ ਲੈ ਕੇ ਸਟਾਰਟ ਹੋ ਜਾਂਦੀ ਮੇਰੀ ਡਾਊਨ ਪੇਮੈਂਟ 10,000। ਠੀਕ ਹੈ, ਮੈਂ 10,000 ਰੁਪਏ ਦੇ ਵਿੱਚ ਘੱਟੋ ਘੱਟ ਡਾਊਨ ਪੇਮੈਂਟ ਦੇ ਵਿੱਚ ਬਾਈਕ ਦੇ ਸਕਦਾ, ਔਰ ਉਸ ਤੋਂ ਬਾਅਦ ਇੰਸਟਾਲਮੈਂਟ ਦੀ ਵੀ ਪ੍ਰੋਬਲਮ ਨਹੀਂ ਹੈਗੀ। ਸਾਡੇ ਕੋਲ ਲਗਭਗ 6 ਸਾਲ ਤੱਕ ਦੀਆਂ ਕਿਸ਼ਤਾਂ ਕਰਨ ਦੀ ਆਪਸ਼ਨ ਹੈ। ਠੀਕ ਹੈ, ਅਸੀਂ 6 ਸਾਲ ਦੀਆਂ ਕਿਸ਼ਤਾਂ ਕਰ ਸਕਦੇ ਹਾਂ ਔਰ 10 ਸਾਲ ਡਾਊਨ ਪੇਮੈਂਟ ਨਾਲ ਬਾਈਕ ਕਸਟਮਰ ਨੂੰ ਦੇ ਸਕਦੇ। ਅੱਛਾ, ਜੇਕਰ ਗੱਲ ਕੀਤੀ ਜਾਵੇ ਬੰਦਾ ਕਹੇ ਮੈਂ ਪੈਸੇ 10-15-20 ਤਾਂ ਲੈ ਹੀ ਆਉਂਦਾ ਆ ਪਰ ਨਾਲ ਕੁਝ ਚੀਜ਼ਾਂ
ਜਿਵੇਂ ਕਹਿੰਦੇ ਡਾਕੂਮੈਂਟੇਸ਼ਨ ਦੀ ਗੱਲ ਕੀਤੀ, ਕੀ ਕੀ ਹੋਣੇ ਚਾਹੀਦੇ? ਅੱਜ ਕੱਲ੍ਹ ਡਾਕੂਮੈਂਟੇਸ਼ਨ ਬਹੁਤ ਘੱਟ ਗਈ ਹੈ, ਠੀਕ ਹੈ, ਤੁਹਾਡਾ ਆਧਾਰ ਕਾਰਡ ਚਾਹੀਦਾ, ਤੁਹਾਡਾ ਪੈਨ ਕਾਰਡ ਚਾਹੀਦਾ, ਔਰ ਥਰਡ ਜਿਹੜਾ ਹੁੰਦਾ ਆ ਤੁਹਾਡਾ ਏਟੀਐਮ ਕਾਰਡ ਚਾਹੀਦਾ ਹੁੰਦਾ ਹੈ, ਜਿਹਦੇ ਨਾਲ ਔਨਲਾਈਨ ਜਿਹੜਾ ਸਾਡਾ ਪ੍ਰੋਸੈਸ ਹੈ ਉਹ ਪੂਰਾ ਹੋ ਜਾਂਦਾ ਹੈ, ਔਰ ਉਸ ਤੋਂ ਇਲਾਵਾ ਕੋਈ ਡਾਕੂਮੈਂਟ ਦੀ ਰਿਕੁਆਇਰਮੈਂਟ ਨਹੀਂ ਹੈ। ਠੀਕ ਹੈ। ਸੋ ਦਰਸ਼ਕੋ, ਅਸੀਂ ਜਸਟ ਹਜੇ ਬੁਲਟ ਨੂੰ ਲੈ ਕੇ ਉੱਪਰਲੇ ਉੱਪਰਲੇ ਸਵਾਲ ਕੀਤੇ ਨੇ, ਪਰ ਕਹਿੰਦੇ ਨੇ ਕਿ ਬੁਲਟ ਦੀਆਂ ਗੱਲਾਂ ਹੀ ਕੁਝ ਇਸ ਤਰ੍ਹਾਂ ਦੀਆਂ ਹੁੰਦੀਆਂ ਹੈ ਕਿ ਜਦੋਂ ਅਸੀਂ ਭਾਵੇਂ ਫੀਲਡ ਦੇ ਚਲਾ ਕੇ ਦੇਖਾਂਗੇ, ਖੇਤਾਂ ਦੇ ਵਿੱਚ ਖੜਾ ਕੇ ਦੇਖਾਂਗੇ, ਉਹਦੀ ਆਵਾਜ਼ ਚੈੱਕ ਕਰਾਂਗੇ, ਬਹੁਤ ਸਵਾਲ ਇਹੋ ਜਿਹੇ ਹੁੰਦੇ ਨੇ, ਤੇ ਤੁਹਾਡੇ ਜ਼ਿਹਨ ਦੇ ਵਿੱਚ ਵੀ ਕੋਈ ਇਹੋ ਜਿਹਾ ਸਵਾਲ ਹੈ ਤਾਂ ਸਾਨੂੰ ਇਨਬੋਕਸ ਕਰਕੇ ਕਾਲ ਕਰਕੇ ਪੁੱਛਣ ਦੀ ਕੋਸ਼ਿਸ਼ ਕਰਨਾ, ਤੇ ਸਭ ਦੇ ਵਿੱਚ ਅਜਿਹੇ ਬੁਲਟ ਦੀ ਹੋਰ ਸੀਰੀਜ਼ ਨੂੰ ਲੈ ਕੇ ਅਸੀਂ ਜਲਦ ਹਾਜ਼ਰ ਹੋਵਾਂਗੇ, ਤੇ ਨਾਲ ਦੀ ਨਾਲ ਤੁਸੀਂ ਵੀ ਕੋਈ ਵੀ ਸਵਾਲ ਹੈ ਇੱਕ ਵਾਰ ਅਸੀਂ ਫੇਰ ਬੇਨਤੀ ਕਰਦੇ ਹਾਂ ਕਿ ਬੁਲਟਸ ਨੂੰ ਲੈ ਕੇ ਜਾਂ ਬਾਈਕਸ ਨੂੰ ਲੈ ਕੇ ਜ਼ਰੂਰ ਆਪਣੀ ਕੁਐਰੀ ਸਾਨੂੰ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਾ, ਤਾਂ ਕਿ ਅਸੀਂ ਤੁਹਾਡੇ ਜਿਹੜੇ ਪਿਆਰ ਨੇ ਮੋਟਰਸਾਈਕਲਾਂ ਨਾਲ ਪਿਆਰ ਨੇ ਉਹਨਾਂ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰਦੇ ਰਹੀਏ। ਸਾਡਾ ਪੰਜਾਬ ਕੈਨੇਡਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਤੇ ਸਾਡਾ ਚੈਨਲ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਦਿਓ ਜਨਾਬ। ਸਤਿ ਸ਼੍ਰੀ ਅਕਾਲ ਜੀ।